11% ਅਸੀਂ ਦੇ ਰਹੇ ਤੇ ਇਹਦੇ ਵਿੱਚ 440 ਕਰੋੜ ਰੁਪਇਆ ਪਰ ਮੰਥ ਸਰਕਾਰ ਨੂੰ ਐਕਸਟਰਾ ਦੇਣਾ ਪਏ ਕਰੇਗਾ। ਇਹਦੇ ਵਾਸਤੇ ਸਾਰੇ ਕਰਮਚਾਰੀਆਂ ਨੂੰ ਬਹੁਤ ਬਹੁਤ ਵਧਾਈ, ਮੈਨੂੰ ਵੀ ਵਧਾਈ ਦਿਓ, ਮੇਰੀ ਘਰ ਵਾਲੀ ਦੀ ਤਨਖਾਹ ਵੱਧ ਜਾਣੀ ਹੈ ਤਾਂ ਮੈਂ ਉਹਨੂੰ ਵੀ ਜਾ ਕੇ ਦਊਂਗਾ। ਮੇਰੀ ਬਿਜਲੀ ਦਾ ਬਿੱਲ ਮੇਰੀ ਵਾਈਫ ਦਿੰਦੀ ਹੈ, ਹਰ ਜਦ ਬਿਜਲੀ ਦਾ ਬਿੱਲ ਆਉਂਦਾ ਹੈ ਤਾਂ ਮੇਰੇ ਨਾਲ ਅੱਖਾਂ ਜੀ ਔਖੀਆਂ ਜੀ ਕੱਢ ਕੇ ਦੇਖਦੀ ਹਰ ਵਾਰ ਕਿ ਆ ਇੰਨਾ ਬਿੱਲ ਮੈਂ ਕਿੱਥੇ ਜਮ੍ਹਾਂ ਕਰਾਂ, ਉਹਦੇ ਖਾਤੇ 'ਚੋਂ ਜਾਂਦਾ। ਸੋ ਉਹ ਵੀ ਮੈਂ ਹੁਣ ਨਿਬੇੜਨ ਲੱਗਿਆ ਕਿ ਮੈਨੂੰ ਘਰ ਵਿੱਚ ਵੀ ਥੋੜ੍ਹੀ ਜਿਹੀ ਖੁਸ਼ੀ ਮਿਲੇ, ਹਰ ਇੱਕ ਪੰਜਾਬੀ ਨੂੰ ਆਪਣੇ ਘਰ ਦੇ ਵਿੱਚ ਖੁਸ਼ੀ ਮਿਲੇ। ਅਤੇ 11% ਅਸੀਂ ਦੇ ਰਹੇ ਅਤੇ ਇਹਦੇ ਵਿੱਚ 440 ਕਰੋੜ ਰੁਪਇਆ ਪਰ ਮੰਥ ਸਰਕਾਰ ਨੂੰ ਐਕਸਟਰਾ ਦੇਣਾ ਪਏ ਕਰੇਗਾ। ਇਹਦੇ ਵਾਸਤੇ ਸਾਰੇ ਕਰਮਚਾਰੀਆਂ ਨੂੰ ਬਹੁਤ ਬਹੁਤ ਵਧਾਈ, ਮੈਨੂੰ ਵੀ ਵਧਾਈ ਦਿਓ, ਮੇਰੀ ਘਰ ਵਾਲੀ ਦੀ ਤਨਖਾਹ ਵੱਧ ਜਾਣੀ ਹੈ ਤਾਂ ਮੈਂ ਉਹਨੂੰ ਵੀ ਜਾ ਕੇ ਦਊਂਗਾ। ਮੇਰੀ ਬਿਜਲੀ ਦਾ ਬਿੱਲ ਮੇਰੀ ਵਾਈਫ ਦਿੰਦੀ ਹੈ, ਹਰ ਜਦ ਬਿਜਲੀ ਦਾ ਬਿੱਲ ਆਉਂਦਾ ਹੈ ਤਾਂ ਮੇਰੇ ਨਾਲ ਅੱਖਾਂ ਜੀ ਔਖੀਆਂ ਜੀ ਕੱਢ ਕੇ ਦੇਖਦੀ ਹਰ ਵਾਰ ਕਿ ਆ ਇੰਨਾ ਬਿੱਲ ਮੈਂ ਕਿੱਥੇ ਜਮ੍ਹਾਂ ਕਰਾਂ, ਉਹਦੇ ਖਾਤੇ 'ਚੋਂ ਜਾਂਦਾ। ਸੋ ਉਹ ਵੀ ਮੈਂ ਹੁਣ ਨਿਬੇੜਨ ਲੱਗਿਆ ਕਿ ਮੈਨੂੰ ਘਰ ਵਿੱਚ ਵੀ ਥੋੜ੍ਹੀ ਜਿਹੀ ਖੁਸ਼ੀ ਮਿਲੇ, ਹਰ ਇੱਕ ਪੰਜਾਬੀ ਨੂੰ ਆਪਣੇ ਘਰ ਦੇ ਵਿੱਚ ਖੁਸ਼ੀ ਮਿਲੇ। ਅਤੇ 11% ਅਸੀਂ ਦੇ ਰਹੇ ਅਤੇ ਇਹਦੇ ਵਿੱਚ 440 ਕਰੋੜ ਰੁਪਇਆ ਪਰ ਮੰਥ ਸਰਕਾਰ ਨੂੰ ਐਕਸਟਰਾ ਦੇਣਾ ਪਏ ਕਰੇਗਾ। ਇਹਦੇ ਵਾਸਤੇ ਸਾਰੇ ਕਰਮਚਾਰੀਆਂ ਨੂੰ ਬਹੁਤ ਬਹੁਤ ਵਧਾਈ, ਮੈਨੂੰ ਵੀ ਵਧਾਈ ਦਿਓ, ਮੇਰੀ ਘਰ ਵਾਲੀ ਦੀ ਤਨਖਾਹ ਵੱਧ ਜਾਣੀ ਹੈ ਤਾਂ ਮੈਂ ਉਹਨੂੰ ਵੀ ਜਾ ਕੇ ਦਊਂਗਾ। ਮੇਰੀ ਬਿਜਲੀ ਦਾ ਬਿੱਲ ਮੇਰੀ ਵਾਈਫ ਦਿੰਦੀ ਹੈ, ਹਰ ਜਦ ਬਿਜਲੀ ਦਾ ਬਿੱਲ ਆਉਂਦਾ ਹੈ ਤਾਂ ਮੇਰੇ ਨਾਲ ਅੱਖਾਂ ਜੀ ਔਖੀਆਂ ਜੀ ਕੱਢ ਕੇ ਦੇਖਦੀ ਹਰ ਵਾਰ ਕਿ ਆ ਇੰਨਾ ਬਿੱਲ ਮੈਂ ਕਿੱਥੇ ਜਮ੍ਹਾਂ ਕਰਾਂ, ਉਹਦੇ ਖਾਤੇ 'ਚੋਂ ਜਾਂਦਾ। ਸੋ ਉਹ ਵੀ ਮੈਂ ਹੁਣ ਨਿਬੇੜਨ ਲੱਗਿਆ ਕਿ ਮੈਨੂੰ ਘਰ ਵਿੱਚ ਵੀ ਥੋੜ੍ਹੀ ਜਿਹੀ ਖੁਸ਼ੀ ਮਿਲੇ, ਹਰ ਇੱਕ ਪੰਜਾਬੀ ਨੂੰ ਆਪਣੇ ਘਰ ਦੇ ਵਿੱਚ ਖੁਸ਼ੀ ਮਿਲੇ। ਅਤੇ 11% ਅਸੀਂ ਦੇ ਰਹੇ ਅਤੇ ਇਹਦੇ ਵਿੱਚ 440 ਕਰੋੜ ਰੁਪਇਆ ਪਰ ਮੰਥ ਸਰਕਾਰ ਨੂੰ ਐਕਸਟਰਾ ਦੇਣਾ ਪਏ ਕਰੇਗਾ। ਇਹਦੇ ਵਾਸਤੇ ਸਾਰੇ ਕਰਮਚਾਰੀਆਂ ਨੂੰ ਬਹੁਤ ਬਹੁਤ ਵਧਾਈ, ਮੈਨੂੰ ਵੀ ਵਧਾਈ ਦਿਓ, ਮੇਰੀ ਘਰ ਵਾਲੀ ਦੀ ਤਨਖਾਹ ਵੱਧ ਜਾਣੀ ਹੈ ਤਾਂ ਮੈਂ ਉਹਨੂੰ ਵੀ ਜਾ ਕੇ ਦਊਂਗਾ। ਮੇਰੀ ਬਿਜਲੀ ਦਾ ਬਿੱਲ ਮੇਰੀ ਵਾਈਫ ਦਿੰਦੀ ਹੈ, ਹਰ ਜਦ ਬਿਜਲੀ ਦਾ ਬਿੱਲ ਆਉਂਦਾ ਹੈ ਤਾਂ ਮੇਰੇ ਨਾਲ ਅੱਖਾਂ ਜੀ ਔਖੀਆਂ ਜੀ ਕੱਢ ਕੇ ਦੇਖਦੀ ਹਰ ਵਾਰ ਕਿ ਆ ਇੰਨਾ ਬਿੱਲ ਮੈਂ ਕਿੱਥੇ ਜਮ੍ਹਾਂ ਕਰਾਂ, ਉਹਦੇ ਖਾਤੇ 'ਚੋਂ ਜਾਂਦਾ। ਸੋ ਉਹ ਵੀ ਮੈਂ ਹੁਣ ਨਿਬੇੜਨ ਲੱਗਿਆ ਕਿ ਮੈਨੂੰ ਘਰ ਵਿੱਚ ਵੀ ਥੋੜ੍ਹੀ ਜਿਹੀ ਖੁਸ਼ੀ ਮਿਲੇ, ਹਰ ਇੱਕ ਪੰਜਾਬੀ ਨੂੰ ਆਪਣੇ ਘਰ ਦੇ ਵਿੱਚ ਖੁਸ਼ੀ ਮਿਲੇ। ਅਤੇ 11% ਅਸੀਂ ਦੇ ਰਹੇ ਅਤੇ ਇਹਦੇ ਵਿੱਚ 440 ਕਰੋੜ ਰੁਪਇਆ ਪਰ ਮੰਥ ਸਰਕਾਰ ਨੂੰ ਐਕਸਟਰਾ ਦੇਣਾ ਪਏ ਕਰੇਗਾ। ਇਹਦੇ ਵਾਸਤੇ ਸਾਰੇ ਕਰਮਚਾਰੀਆਂ ਨੂੰ ਬਹੁਤ ਬਹੁਤ ਵਧਾਈ, ਮੈਨੂੰ ਵੀ ਵਧਾਈ ਦਿਓ, ਮੇਰੀ ਘਰ ਵਾਲੀ ਦੀ ਤਨਖਾਹ ਵੱਧ ਜਾਣੀ ਹੈ ਤਾਂ ਮੈਂ ਉਹਨੂੰ ਵੀ ਜਾ ਕੇ ਦਊਂਗਾ। ਮੇਰੀ ਬਿਜਲੀ ਦਾ ਬਿੱਲ ਮੇਰੀ ਵਾਈਫ ਦਿੰਦੀ ਹੈ, ਹਰ ਜਦ ਬਿਜਲੀ ਦਾ ਬਿੱਲ ਆਉਂਦਾ ਹੈ ਤਾਂ ਮੇਰੇ ਨਾਲ ਅੱਖਾਂ ਜੀ ਔਖੀਆਂ ਜੀ ਕੱਢ ਕੇ ਦੇਖਦੀ ਹਰ ਵਾਰ ਕਿ ਆ ਇੰਨਾ ਬਿੱਲ ਮੈਂ ਕਿੱਥੇ ਜਮ੍ਹਾਂ ਕਰਾਂ, ਉਹਦੇ ਖਾਤੇ 'ਚੋਂ ਜਾਂਦਾ। ਸੋ ਉਹ ਵੀ ਮੈਂ ਹੁਣ ਨਿਬੇੜਨ ਲੱਗਿਆ ਕਿ ਮੈਨੂੰ ਘਰ ਵਿੱਚ ਵੀ ਥੋੜ੍ਹੀ ਜਿਹੀ ਖੁਸ਼ੀ ਮਿਲੇ, ਹਰ ਇੱਕ ਪੰਜਾਬੀ ਨੂੰ ਆਪਣੇ ਘਰ ਦੇ ਵਿੱਚ ਖੁਸ਼ੀ ਮਿਲੇ।